ਅਸਲ ਸਾਹਿਬ, ਜਿਹੜਾ ਹਾਦਸਾ ਵਾਪਰਿਆ ਕੀ ਹੈ ਬੱਚਿਆਂ ਨੂੰ? ਜੀ ਇਹ ਪਿੰਡ ਹੈਤਪੁਰਾ ਜੀ ਦਾ ਹੈਗਾ ਜੀ, ਇਹ ਘਟਨਾ ਦਰਸ਼ਨ ਸਿੰਘ ਹੈ ਜੀ, ਇਹਦੀ ਬੇਟੀ ਆ। ਦਰਸ਼ਨ ਸਿੰਘ ਯੂਐਸ ਸੀ ਗਿਆ ਹੋਇਆ ਕਰੀਬ ਸਾਲ ਕੁ ਤੋਂ। ਇਹਦੀ ਬੇਟੀ ਦਾ ਨਾਂ ਸੀ ਬਾਣੀ ਕੌਰ। ਇਹ ਆਪਦੀ ਦਾਦੀ ਯਾਨੀ ਕਿ ਦਰਸ਼ਨ ਸਿੰਘ ਦੀ ਮਾਤਾ ਕੋਲੇ, ਗੁਰਦੇਵ ਕੋਲ ਕੌਰ ਕੋਲੇ ਰਹਿੰਦੀ ਸੀ, ਉਹਦੀ ਪਰਵਰਿਸ਼ ਕਰਦੀ ਸੀ। ਅਤੇ ਇਹਨਾਂ ਨੇ ਆਪਣੇ ਮਕਾਨ ਨੂੰ ਮਤਲਬ ਮਿਸਤਰੀ ਲਗਾਇਆ ਹੋਇਆ ਸੀ ਜੀ, ਇੱਟ ਟਾਇਲ ਵਗੈਰਾ ਲਗਾਉਣ ਵਾਸਤੇ ਉਹਨਾਂ ਨੇ ਦਰਵਾਜ਼ੇ ਖੋਲ੍ਹੇ ਹੋਏ ਸੀ। ਅਤੇ ਬੱਚੀ ਖੇਡਦੀ ਸੀ ਵਿਹੜੇ ਵਿੱਚ, ਬੱਚੀ ਖੇਡਦੀ ਖੇਡਦੀ ਉਹ ਮਤਲਬ ਦਰਵਾਜ਼ੇ ਨੇ ਉੱਪਰ ਚੜ੍ਹਨ ਲੱਗੀ, ਦਰਵਾਜ਼ਾ ਵਜ਼ਨਦਾਰ ਸੀ, ਬੱਚੀ ਦੇ ਉੱਪਰ ਡਿੱਗ ਪਿਆ ਅਤੇ ਬੱਚੀ ਫੱਟੜ ਹੋ ਗਈ। ਉਦੋਂ ਹੀ ਮਿਸਤਰੀ ਲੈ ਕੇ ਹੋਸਪਿਟਲ ਆ ਗਏ ਜੀ, ਹੋਸਪਿਟਲ ਡਾਕਟਰ ਨੇ ਚੈੱਕ ਕਰਿਆ, ਬੱਚੀ ਦੀ ਮੌਤ ਹੋ ਗਈ ਦਰਵਾਜ਼ਾ ਡਿੱਗਣ ਕਰਕੇ ਜੀ। ਇਹ ਸਾਰੀ ਜਿਹੜੀ ਘਟਨਾ, ਇਹਨਾਂ ਦੇ ਘਰੇ ਕੈਮਰੇ ਲੱਗੇ ਹੋਏ ਨੇ, ਸੀਸੀ ਕੈਮਰੇ ਜੀ, ਉਹਦੇ ਵਿੱਚ ਕੈਦ ਆ ਜੀ, ਉਹਦੇ ਵਿੱਚ ਅਸੀਂ ਦੇਖਿਆ ਵੀ ਹੈ ਜੀ। ਹਾਂਜੀ, ਇਹ ਮਾਤਾ ਗੁਰਦੇਵ ਕੌਰ ਸਟੇਟਮੈਂਟ ਲਿਖਾ ਰਹੀ ਆ, ਅਸੀਂ ਝੋਤਰ ਦੀ ਕਾਰਵਾਈ ਹੈ, ਕੁਦਰਤੀ ਤੇ ਅਚਾਨਕ ਹੋਈ ਆ ਮੌਤ। ਅਸਲ ਸਾਹਿਬ, ਜਿਹੜਾ ਹਾਦਸਾ ਵਾਪਰਿਆ ਕੀ ਹੈ ਬੱਚਿਆਂ ਨੂੰ? ਜੀ ਇਹ ਪਿੰਡ ਹੈਤਪੁਰਾ ਜੀ ਦਾ ਹੈਗਾ ਜੀ, ਇਹ ਘਟਨਾ ਦਰਸ਼ਨ ਸਿੰਘ ਹੈ ਜੀ, ਇਹਦੀ ਬੇਟੀ ਆ। ਦਰਸ਼ਨ ਸਿੰਘ ਯੂਐਸ ਸੀ ਗਿਆ ਹੋਇਆ ਕਰੀਬ ਸਾਲ ਕੁ ਤੋਂ। ਇਹਦੀ ਬੇਟੀ ਦਾ ਨਾਂ ਸੀ ਬਾਣੀ ਕੌਰ। ਇਹ ਆਪਦੀ ਦਾਦੀ ਯਾਨੀ ਕਿ ਦਰਸ਼ਨ ਸਿੰਘ ਦੀ ਮਾਤਾ ਕੋਲੇ, ਗੁਰਦੇਵ ਕੋਲ ਕੌਰ ਕੋਲੇ ਰਹਿੰਦੀ ਸੀ, ਉਹਦੀ ਪਰਵਰਿਸ਼ ਕਰਦੀ ਸੀ। ਅਤੇ ਇਹਨਾਂ ਨੇ ਆਪਣੇ ਮਕਾਨ ਨੂੰ ਮਤਲਬ ਮਿਸਤਰੀ ਲਗਾਇਆ ਹੋਇਆ ਸੀ ਜੀ, ਇੱਟ ਟਾਇਲ ਵਗੈਰਾ ਲਗਾਉਣ ਵਾਸਤੇ ਉਹਨਾਂ ਨੇ ਦਰਵਾਜ਼ੇ ਖੋਲ੍ਹੇ ਹੋਏ ਸੀ। ਅਤੇ ਬੱਚੀ ਖੇਡਦੀ ਸੀ ਵਿਹੜੇ ਵਿੱਚ, ਬੱਚੀ ਖੇਡਦੀ ਖੇਡਦੀ ਉਹ ਮਤਲਬ ਦਰਵਾਜ਼ੇ ਨੇ ਉੱਪਰ ਚੜ੍ਹਨ ਲੱਗੀ, ਦਰਵਾਜ਼ਾ ਵਜ਼ਨਦਾਰ ਸੀ, ਬੱਚੀ ਦੇ ਉੱਪਰ ਡਿੱਗ ਪਿਆ ਅਤੇ ਬੱਚੀ ਫੱਟੜ ਹੋ ਗਈ। ਉਦੋਂ ਹੀ ਮਿਸਤਰੀ ਲੈ ਕੇ ਹੋਸਪਿਟਲ ਆ ਗਏ ਜੀ, ਹੋਸਪਿਟਲ ਡਾਕਟਰ ਨੇ ਚੈੱਕ ਕਰਿਆ, ਬੱਚੀ ਦੀ ਮੌਤ ਹੋ ਗਈ ਦਰਵਾਜ਼ਾ ਡਿੱਗਣ ਕਰਕੇ ਜੀ। ਇਹ ਸਾਰੀ ਜਿਹੜੀ ਘਟਨਾ, ਇਹਨਾਂ ਦੇ ਘਰੇ ਕੈਮਰੇ ਲੱਗੇ ਹੋਏ ਨੇ, ਸੀਸੀ ਕੈਮਰੇ ਜੀ, ਉਹਦੇ ਵਿੱਚ ਕੈਦ ਆ ਜੀ, ਉਹਦੇ ਵਿੱਚ ਅਸੀਂ ਦੇਖਿਆ ਵੀ ਹੈ ਜੀ। ਹਾਂਜੀ, ਇਹ ਮਾਤਾ ਗੁਰਦੇਵ ਕੌਰ ਸਟੇਟਮੈਂਟ ਲਿਖਾ ਰਹੀ ਆ, ਅਸੀਂ ਝੋਤਰ ਦੀ ਕਾਰਵਾਈ ਹੈ, ਕੁਦਰਤੀ ਤੇ ਅਚਾਨਕ ਹੋਈ ਆ ਮੌਤ। ਅਸਲ ਸਾਹਿਬ, ਜਿਹੜਾ ਹਾਦਸਾ ਵਾਪਰਿਆ ਕੀ ਹੈ ਬੱਚਿਆਂ ਨੂੰ? ਜੀ ਇਹ ਪਿੰਡ ਹੈਤਪੁਰਾ ਜੀ ਦਾ ਹੈਗਾ ਜੀ, ਇਹ ਘਟਨਾ ਦਰਸ਼ਨ ਸਿੰਘ ਹੈ ਜੀ, ਇਹਦੀ ਬੇਟੀ ਆ। ਦਰਸ਼ਨ ਸਿੰਘ ਯੂਐਸ ਸੀ ਗਿਆ ਹੋਇਆ ਕਰੀਬ ਸਾਲ ਕੁ ਤੋਂ। ਇਹਦੀ ਬੇਟੀ ਦਾ ਨਾਂ ਸੀ ਬਾਣੀ ਕੌਰ। ਇਹ ਆਪਦੀ ਦਾਦੀ ਯਾਨੀ ਕਿ ਦਰਸ਼ਨ ਸਿੰਘ ਦੀ ਮਾਤਾ ਕੋਲੇ, ਗੁਰਦੇਵ ਕੋਲ ਕੌਰ ਕੋਲੇ ਰਹਿੰਦੀ ਸੀ, ਉਹਦੀ ਪਰਵਰਿਸ਼ ਕਰਦੀ ਸੀ। ਅਤੇ ਇਹਨਾਂ ਨੇ ਆਪਣੇ ਮਕਾਨ ਨੂੰ ਮਤਲਬ ਮਿਸਤਰੀ ਲਗਾਇਆ ਹੋਇਆ ਸੀ ਜੀ, ਇੱਟ ਟਾਇਲ ਵਗੈਰਾ ਲਗਾਉਣ ਵਾਸਤੇ ਉਹਨਾਂ ਨੇ ਦਰਵਾਜ਼ੇ ਖੋਲ੍ਹੇ ਹੋਏ ਸੀ। ਅਤੇ ਬੱਚੀ ਖੇਡਦੀ ਸੀ ਵਿਹੜੇ ਵਿੱਚ, ਬੱਚੀ ਖੇਡਦੀ ਖੇਡਦੀ ਉਹ ਮਤਲਬ ਦਰਵਾਜ਼ੇ ਨੇ ਉੱਪਰ ਚੜ੍ਹਨ ਲੱਗੀ, ਦਰਵਾਜ਼ਾ ਵਜ਼ਨਦਾਰ ਸੀ, ਬੱਚੀ ਦੇ ਉੱਪਰ ਡਿੱਗ ਪਿਆ ਅਤੇ ਬੱਚੀ ਫੱਟੜ ਹੋ ਗਈ। ਉਦੋਂ ਹੀ ਮਿਸਤਰੀ ਲੈ ਕੇ ਹੋਸਪਿਟਲ ਆ ਗਏ ਜੀ, ਹੋਸਪਿਟਲ ਡਾਕਟਰ ਨੇ ਚੈੱਕ ਕਰਿਆ, ਬੱਚੀ ਦੀ ਮੌਤ ਹੋ ਗਈ ਦਰਵਾਜ਼ਾ ਡਿੱਗਣ ਕਰਕੇ ਜੀ। ਇਹ ਸਾਰੀ ਜਿਹੜੀ ਘਟਨਾ, ਇਹਨਾਂ ਦੇ ਘਰੇ ਕੈਮਰੇ ਲੱਗੇ ਹੋਏ ਨੇ, ਸੀਸੀ ਕੈਮਰੇ ਜੀ, ਉਹਦੇ ਵਿੱਚ ਕੈਦ ਆ ਜੀ, ਉਹਦੇ ਵਿੱਚ ਅਸੀਂ ਦੇਖਿਆ ਵੀ ਹੈ ਜੀ। ਹਾਂਜੀ, ਇਹ ਮਾਤਾ ਗੁਰਦੇਵ ਕੌਰ ਸਟੇਟਮੈਂਟ ਲਿਖਾ ਰਹੀ ਆ, ਅਸੀਂ ਝੋਤਰ ਦੀ ਕਾਰਵਾਈ ਹੈ, ਕੁਦਰਤੀ ਤੇ ਅਚਾਨਕ ਹੋਈ ਆ ਮੌਤ। ਅਸਲ ਸਾਹਿਬ, ਜਿਹੜਾ ਹਾਦਸਾ ਵਾਪਰਿਆ ਕੀ ਹੈ ਬੱਚਿਆਂ ਨੂੰ? ਜੀ ਇਹ ਪਿੰਡ ਹੈਤਪੁਰਾ ਜੀ ਦਾ ਹੈਗਾ ਜੀ, ਇਹ ਘਟਨਾ ਦਰਸ਼ਨ ਸਿੰਘ ਹੈ ਜੀ, ਇਹਦੀ ਬੇਟੀ ਆ। ਦਰਸ਼ਨ ਸਿੰਘ ਯੂਐਸ ਸੀ ਗਿਆ ਹੋਇਆ ਕਰੀਬ ਸਾਲ ਕੁ ਤੋਂ। ਇਹਦੀ ਬੇਟੀ ਦਾ ਨਾਂ ਸੀ ਬਾਣੀ ਕੌਰ। ਇਹ ਆਪਦੀ ਦਾਦੀ ਯਾਨੀ ਕਿ ਦਰਸ਼ਨ ਸਿੰਘ ਦੀ ਮਾਤਾ ਕੋਲੇ, ਗੁਰਦੇਵ ਕੋਲ ਕੌਰ ਕੋਲੇ ਰਹਿੰਦੀ ਸੀ, ਉਹਦੀ ਪਰਵਰਿਸ਼ ਕਰਦੀ ਸੀ। ਅਤੇ ਇਹਨਾਂ ਨੇ ਆਪਣੇ ਮਕਾਨ ਨੂੰ ਮਤਲਬ ਮਿਸਤਰੀ ਲਗਾਇਆ ਹੋਇਆ ਸੀ ਜੀ, ਇੱਟ ਟਾਇਲ ਵਗੈਰਾ ਲਗਾਉਣ ਵਾਸਤੇ ਉਹਨਾਂ ਨੇ ਦਰਵਾਜ਼ੇ ਖੋਲ੍ਹੇ ਹੋਏ ਸੀ। ਅਤੇ ਬੱਚੀ ਖੇਡਦੀ ਸੀ ਵਿਹੜੇ ਵਿੱਚ, ਬੱਚੀ ਖੇਡਦੀ ਖੇਡਦੀ ਉਹ ਮਤਲਬ ਦਰਵਾਜ਼ੇ ਨੇ ਉੱਪਰ ਚੜ੍ਹਨ ਲੱਗੀ, ਦਰਵਾਜ਼ਾ ਵਜ਼ਨਦਾਰ ਸੀ,
ਬੱਚੀ ਦੇ ਉੱਪਰ ਡਿੱਗ ਪਿਆ ਤੇ ਤੇ ਬੱਚੀ ਬੱਚੀ ਫੱਟੜ ਹੋ ਗਈ। ਉਦੋਂ ਹੀ ਮਿਸਤਰੀ ਲੈ ਕੇ ਹੋਸਪਿਟਲ ਆ ਗਏ ਜੀ। ਹੋਸਪਿਟਲ ਡਾਕਟਰ ਨੇ ਚੈੱਕ ਕਰਿਆ, ਬੱਚੀ ਦੀ ਮੌਤ ਹੋ ਗਈ ਦਰਵਾਜ਼ਾ ਡਿੱਗਣ ਕਰਕੇ ਜੀ। ਇਹ ਸਾਰੀ ਜਿਹੜੀ ਘਟਨਾ, ਇਹਨਾਂ ਦੇ ਘਰੇ ਕੈਮਰੇ ਲੱਗੇ ਹੋਏ ਨੇ, ਸੀਸੀ ਕੈਮਰੇ ਜੀ, ਉਹਦੇ ਵਿੱਚ ਕੈਦ ਆ ਜੀ, ਉਹਦੇ ਵਿੱਚ ਅਸੀਂ ਦੇਖਿਆ ਵੀ ਹੈ ਜੀ। ਹਾਂਜੀ, ਇਹ ਮਾਤਾ ਗੁਰਦੇਵ ਕੌਰ ਸਟੇਟਮੈਂਟ ਲਿਖਾ ਰਹੀ ਆ, ਅਸੀਂ 74 ਦੀ ਕਾਰਵਾਈ ਹੈ, ਕੁਦਰਤੀ ਤੇ ਅਚਾਨਕ ਹੋਈ ਆ ਮੌਤ।